ਹਾਂਜੀ ਦੋਸਤੋ, ਕਿਵੇਂ ਹੋ? ਜਿਹੜੀ ਵੀਡੀਓ ਆਪਾਂ ਅੱਜ ਲੱਗੇ ਹਾਂ ਬਣਾਉਣ, ਉਹਦਾ ਮਕਸਦ ਇਹ ਆ ਵੀ ਬਹੁਤ ਸਾਰੇ ਆਪਣੇ ਜਿਹੜੇ ਕਲਾਕਾਰ ਭਰਾ ਨੇ, ਹੈ ਨਾ, ਜਿਹੜੇ ਪ੍ਰਦੇਸ਼ਾਂ 'ਚ ਨੇ ਜਾਂ ਆਪਣੇ ਦੇਸ਼ 'ਚ ਇੰਡੀਆ ਬੈਠੇ ਜਾਂ ਪਾਕਿਸਤਾਨੀ ਭਰਾ ਬੈਠੇ ਨੇ, ਸਟੂਡੀਓ ਦਾ ਕੰਮ ਕਰਨਾ ਚਾਹੁੰਦੇ ਆ ਪਰ ਸਮਝ ਨਹੀਂ ਆ ਰਹੀ ਯਾਰ ਕਿੱਥੋਂ ਸਟਾਰਟ ਕਰੀਏ, ਕਿਹੜਾ ਕਿਹੜਾ ਸਾਨੂੰ ਸਮਾਨ ਚਾਹੀਦਾ। ਇਹ ਚੀਜ਼ਾਂ ਵੀ ਜਿਹੜੀਆਂ ਨੇ ਹੈਗੀਆਂ ਨੋਰਮਲ ਜਿਹੀਆਂ ਨੇ, ਪਰ ਜਦੋਂ ਬੰਦਾ ਸਟਾਰਟ ਕਰਦਾ ਆ ਨਾ ਉਦੋਂ ਬਹੁਤ ਵੱਡੀਆਂ ਲੱਗਦੀਆਂ ਵੀ ਯਾਰ ਮੈਂ ਕਿਹੜੀ ਕਿਹੜੀਆਂ ਚੀਜ਼ਾਂ ਖਰੀਦਾਂ, ਕਿਹੜੀ ਕਿਹੜੀ ਮੈਨੂੰ ਤਾਰ ਚਾਹੀਦੀ ਆ, ਕਿਵੇਂ ਮੈਂ ਤਾਰ ਲਾਊਂਗਾ, ਮੇਰੀ ਚੀਜ਼ ਕਿਹਦੇ ਨਾਲ ਕਨੈਕਟ ਹੋਊਗੀ। ਸੋ ਨਿੱਕੀਆਂ ਨਿੱਕੀਆਂ ਜੀ ਸਾਨੂੰ ਉਲਝਣਾ ਹੁੰਦੀਆਂ ਨੇ ਕਿਉਂਕਿ ਆਪਾਂ ਟੈਕਨੀਕਲ ਪਾਰਟ ਦੇ ਵਿੱਚ ਬਹੁਤੇ ਤੇਜ਼ ਤਰਾਰ ਨਹੀਂ ਹੁੰਦੇ, ਹੈ ਨਾ। ਅੱਜ ਜਿਹੜੀ ਮੈਂ ਵੀਡੀਓ ਬਣਾਉਣ ਲੱਗਿਆ ਤੁਹਾਡੇ ਸਾਹਮਣੇ, ਉਹਦਾ ਰੀਜ਼ਨ ਇਹੀ ਆ ਕਿ ਮੈਂ ਤੁਹਾਨੂੰ ਇਹ ਦੱਸ ਸਕਾਂ ਵੀ ਬੇਸਿਕ ਚੀਜ਼ਾਂ ਸਾਨੂੰ ਚਾਹੀਦੀਆਂ ਕਿਹੜੀਆਂ ਨੇ। ਤਾਂ ਉਸ ਤੋਂ ਬਾਅਦ ਕਿਤੇ ਨੈਕਸਟ ਵੀਡੀਓ ਦੇ ਵਿੱਚ ਜਦੋਂ ਮੈਂ ਪਹਿਲਾ ਗਾਣਾ ਬਣਾਇਆ ਆਪਣਾ, ਵੀ ਜਿਹੋ ਜਿਹਾ ਵੀ ਮੈਂ ਬਣਾਇਆ, ਤਾਂ ਉਹਦੇ ਵਿੱਚ ਮੈਨੂੰ ਫਿਰ ਕਿਹੜੀ ਤਕਲੀਫ ਆਈ ਬਣਾਉਣ ਲੱਗੇ, ਕਿਹੜੀਆਂ ਚੀਜ਼ਾਂ ਦਾ ਆਪਣਾ ਪਤਾ ਨਹੀਂ ਲੱਗਦਾ। ਕਿਉਂਕਿ ਔਨਲਾਈਨ ਆਪਾਂ ਜਦੋਂ ਵੀਡੀਓਜ਼ ਦੇਖਦੇ ਹਾਂ ਮੋਸਟਲੀ ਇੰਗਲਿਸ਼ ਦੇ ਵਿੱਚ ਜਿਹੜੀਆਂ ਹੁੰਦੀਆਂ ਨੇ, ਤਾਂ ਪੰਜਾਬੀ ਹਿੰਦੀ 'ਚ ਵੀ ਹੈਗੀਆਂ ਨੇ ਬਟ ਬਹੁਤ ਘੱਟ ਨੇ ਸਾਡੀਆਂ, ਅਤੇ ਉੱਥੋਂ ਉਹ ਬਹੁਤ ਤੇਜ਼ੀ ਨਾਲ ਕਈ ਵਾਰੀ ਚੀਜ਼ਾਂ ਦੱਸ ਦਿੰਦੇ ਆ, ਇੰਨੀ ਤੇਜ਼ੀ ਨਾਲ ਦੱਸ ਦਿੰਦੇ ਆ ਵੀ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ। ਉਹ ਕਹਿਣਗੇ ਆ ਫਲਾਣੇ ਫੰਕਸ਼ਨ 'ਚ ਜਾਓ, ਉੱਥੇ ਆਹ ਪਿਆ ਆ, ਐਂ ਕਰਕੇ ਐਂ ਕਰ ਲਓ, ਇਹਨੂੰ ਆਹ ਨੁਬ ਚੱਕ ਦਿਉ, ਮਤਲਬ ਕਿਉਂਕਿ ਉਹ ਐਕਸਪਰਟ ਹੁੰਦੇ ਨੇ ਆਪਣੇ ਕੰਮ ਦੇ, ਉਹਨਾਂ ਵਾਸਤੇ ਉਨੀ ਕੀ ਇਨਫੋਰਮੇਸ਼ਨ ਜਦੋਂ ਦੱਸਦੇ ਨੇ, ਆਈ ਥਿੰਕ ਕਿ ਉਹ ਆਪਣੇ ਮਨ ਦੇ ਵਿੱਚ ਬਹੁਤ ਜ਼ਿਆਦਾ ਦੱਸ ਰਹੇ ਆ, ਕਿਉਂਕਿ ਉਹਨਾਂ ਦਾ ਮਾਇੰਡ ਜਿਹੜਾ ਆ ਆਲਰੇਡੀ ਐਕਸਪਰਟ ਆ, ਉਹ ਐਕਸਪਰਟ ਦੇ ਤੌਰ 'ਤੇ ਹੀ ਅੱਗੋਂ ਵੀ ਬੰਦਾ ਐਕਸਪਰਟ ਹੀ ਸੋਚ ਕੇ ਗੱਲ ਕਰਦੇ, ਹੈ ਨਾ, ਵੀ ਉਹ ਮੇਰੀ ਗੱਲ ਕੈਚ ਕਰ ਲੂਗਾ। ਪਰ ਇੱਦਾਂ ਨਹੀਂ ਹੁੰਦਾ, ਜਿਹੜਾ ਨਵਾਂ ਬੰਦਾ ਹੁੰਦਾ ਨਾ ਉਹਨੂੰ ਮਤਲਬ ਥੋੜ੍ਹੀ ਜਿਹੀ ਡਿਟੇਲ ਨਹੀਂ, ਉਹਨੂੰ ਬਹੁਤ ਜ਼ਿਆਦਾ ਡਿਟੇਲ ਦੀ ਲੋੜ ਹੁੰਦੀ ਹੈ। ਹੁਣ ਨਵੇਂ ਬੰਦੇ ਵਾਸਤੇ ਤਾਂ ਵੀ ਬੜੀ ਵੱਡੀ ਗੱਲ ਆ ਕੰਪਿਊਟਰ ਦੇ ਵਿੱਚੋਂ ਵੀ ਆ ਜੇ ਖੋਲ੍ਹਿਆ ਸੋਫਟਵੇਅਰ ਆਪਾਂ ਨੇ ਖੋਲ੍ਹਿਆ ਇੱਕ ਵਾਰੀ, ਤਾਂ ਉਸ ਤੋਂ ਬਾਅਦ ਰਿਕਾਰਡਿੰਗ ਕਰਨ ਵਾਸਤੇ ਆਪਾਂ ਨੇ ਕਰਨਾ ਕੀ ਆ, ਜਿਹੜੀ ਇੱਕ ਆਪਣਾ ਚੈਨਲ ਜਾਂ ਆਪਾਂ ਲੈ ਕੇ ਆਉਂਦੇ, ਇੱਕ ਬਾਰ ਲੈ ਕੇ ਆਉਂਦੇ, ਉਹ ਲੈ ਕੇ ਕਿੱਥੋਂ ਆਉਣੀ। ਤਾਂ ਉਹ ਇਹਨਾਂ ਚੀਜ਼ਾਂ ਨੂੰ ਸਕਿੱਪ ਹੀ ਕਰ ਜਾਂਦੇ ਆ ਵੀ ਹਾਂਜੀ ਇੱਦਾਂ ਰਿਕਾਰਡ ਹੋਊਗਾ, ਕਲਰ ਰਿਕਾਰਡ ਬਟਨ ਦੱਬ ਕੇ ਦੱਸ ਦਿੰਦੇ ਆ, ਹੈ ਨਾ। ਚਲੋ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਅੱਜ ਤੁਹਾਨੂੰ ਮੈਂ ਨਿੱਕੀਆਂ ਜਿਹੀਆਂ ਤਿੰਨ ਚਾਰ ਚੀਜ਼ਾਂ ਦੱਸਦਾ ਹਾਂ ਜਿਹੜੀਆਂ ਆਪਾਂ ਨੂੰ ਇੱਕ ਸਟੂਡੀਓ ਦੀ ਸਟਾਰਟਿੰਗ ਵਾਸਤੇ ਆਪਾਂ ਨੂੰ ਜ਼ਰੂਰੀ ਆ, ਜਿੰਨੀਆਂ ਕੁ ਚੀਜ਼ਾਂ ਦੇ ਨਾਲ ਤੁਸੀਂ ਆਪਣਾ ਕੰਮ ਘਰੋਂ ਪ੍ਰੋਡਕਸ਼ਨ ਦਾ ਸਟਾਰਟ ਕਰ ਸਕਦੇ ਹੋ। ਠੀਕ ਹੈ, ਦੇਖੋ ਜੀ, ਸਭ ਤੋਂ ਪਹਿਲਾਂ ਤੁਹਾਨੂੰ ਚਾਹੀਦੀ ਆ ਇੱਕ ਕੰਪਿਊਟਰ, ਉਹ ਕੰਪਿਊਟਰ ਕੋਈ ਵੀ ਹੋ ਸਕਦਾ, ਮੇਰੇ ਕੋਲ ਇਹ ਮੈਕਬੁੱਕ ਹੈ ਤਾਂ ਤੁਹਾਨੂੰ ਇਹਦੀ ਲੋਡ ਹੈਗੀ ਆ। ਸੋ ਲਿਸਟ ਵਿੱਚ ਪਹਿਲੇ ਨੰਬਰ ਦੇ ਉੱਤੇ ਤੁਹਾਨੂੰ ਇੱਕ ਲੈਪਟਾਪ, ਕੰਪਿਊਟਰ ਜਾਂ ਕੋਈ ਵੀ ਜਿਹੜਾ ਪ੍ਰੋਡਕਟ ਆ ਮੈਕ ਹੋਊਗੀ ਉਹ ਤੁਹਾਨੂੰ ਚਾਹੀਦੀ ਹੈ। ਅਤੇ ਦੂਜੀ ਚੀਜ਼ ਜਿਹੜੀ ਤੁਹਾਨੂੰ ਚਾਹੀਦੀ ਆ ਉਹ ਇਸ ਕੰਪਿਊਟਰ ਦੇ ਵਿੱਚ ਤੁਹਾਨੂੰ ਇੱਕ ਸੋਫਟਵੇਅਰ ਚਾਹੀਦਾ ਆ, ਜਿੱਦਾਂ ਮੈਕਬੁੱਕ ਵਾਸਤੇ ਜਾਂ ਆਈ ਮੈਕ ਵਾਸਤੇ ਐਪਲ ਦੇ ਪ੍ਰੋਡਕਟ ਵਾਸਤੇ ਸਾਡੇ ਕੋਲ ਹੈਗਾ ਲੌਜਿਕ ਪ੍ਰੋ ਜਾਂ ਲੌਜਿਕ ਪ੍ਰੋ ਐਕਸ, ਅਸੀਂ ਉਹ ਸੋਫਟਵੇਅਰ ਜਿਹੜਾ ਆ ਉਹ ਬਾਏ ਕਰ ਲੈਣਾ ਆ, ਲੈ ਲੈਣਾ ਆ। ਉਹ ਦਿਖਦਾ ਕਿੱਦਾਂ ਦਾ ਤੁਹਾਨੂੰ ਮੈਂ ਦਿਖਾਉਣ ਲੱਗਿਆ ਡੌਕ 'ਤੇ, ਆਹ ਦੇਖੋ ਜਿਹੜਾ ਇਹ ਸਾਈਨ ਆ ਇਹ ਸੋਫਟਵੇਅਰ ਆ, ਇਹ ਲੌਜਿਕ ਪ੍ਰੋ ਆ, ਠੀਕ ਹੈ ਨਾ। ਅਤੇ ਫਿਰ ਇਹਦੇ ਵਿੱਚ ਜੋ ਵੀ ਤੁਹਾਡੀ ਪ੍ਰੋਗਰਾਮਿੰਗ ਹੋਣੀ ਆ, ਹੈ ਨਾ, ਆਹ ਖੁੱਲ੍ਹਾ ਹੀ ਹੋਇਆ ਵੈਸੇ ਤਾਂ, ਮੈਂ ਦਿਖਾਈ ਦਿੰਦਾ ਤੁਹਾਨੂੰ। ਜਿੱਦਾਂ ਹੁਣ ਇੱਕ ਮੈਂ ਗਾਣਾ ਬਣਾ ਰਿਹਾ, ਹੈ ਨਾ, ਰੋਮੈਂਟਿਕ ਸੌਂਗ, ਮੈਨੂੰ ਟਾਈਟਲ ਜਿਹਾ ਦੇ ਕੇ ਉੱਦਾਂ ਹੀ ਰੱਖਿਆ ਹੋਇਆ ਆ, ਅਤੇ ਇਹ ਲੌਜਿਕ ਪ੍ਰੋ ਆ, ਇਹ ਇਹ ਆ ਵੀ ਜਿਹਦੇ ਵਿੱਚ ਆਹ ਚੀਜ਼ਾਂ ਨੇ, ਇਕੱਲੀ ਇਕੱਲੀ ਜਿਹੜੀ ਦਿਖਾਉਣਾ, ਜਿੱਦਾਂ ਆਹ ਗ੍ਰੀਨ ਗ੍ਰੀਨ ਜਿਹੜੀਆਂ ਨੇ ਸੜਕਾਂ ਹੀ ਕਹਿ ਲਓ ਦੇਸੀ ਭਾਸ਼ਾ 'ਚ, ਹੈ ਨਾ,
ਜਿਹੜੀਆਂ ਆ ਜਿੱਦਾਂ ਆ ਹੋ ਗਈ ਪਹਿਲੀ, ਆ ਦੂਜੀ, ਆ ਤੀਜਾ ਚੈਨਲ ਹੋ ਗਿਆ, ਇਹ ਜਿੰਨੇ ਚੈਨਲ ਨੇ ਕਿਸੇ ਦੇ ਵਿੱਚ ਗਿਟਾਰ ਵੱਜ ਰਹੀ ਆ, ਕਿਸੇ ਦੇ ਵਿੱਚ ਪਿਆਨੋ ਵੱਜ ਰਿਹਾ, ਕਿਸੇ ਦੇ ਵਿੱਚ ਤੂੰਬੀ ਤਨਕਾਰਾ, ਕਿਸੇ 'ਚ ਤਾੜੀ ਵੱਜਦੀ ਪਈ ਆ, ਕਲੈਪ ਵੱਜਦੀ ਪਈ ਆ, ਕਿਸੇ 'ਚ ਸੁਨੇਹ ਆ। ਜਿੱਦਾਂ ਦੇਖੋ ਨਾ ਫੋਟੋਆਂ ਵੀ, ਇਹ ਆਹ ਦੇਖੋ ਫੋਟੋ ਆਈ ਆ ਨਾ ਸਾਈਡ ਦੇ ਉੱਤੇ, ਆਹ ਦੇਖੋ ਸਾਈਡ ਦੇ ਉੱਤੇ। ਸੋ ਇੱਦਾਂ ਇਹ ਆਪਾਂ ਇੰਸਟਰੂਮੈਂਟ ਜਿਹੜੇ ਨੇ ਵਿੱਚ ਐਡ ਕਰ ਰਹੇ ਹਾਂ। ਸੋ ਪਹਿਲੀ ਗੱਲ ਕੰਪਿਊਟਰ, ਦੂਜੀ ਚੀਜ਼ ਤੁਹਾਡੇ ਕੋਲ ਸੋਫਟਵੇਅਰ ਚਾਹੀਦਾ ਜਿਹੜਾ ਜਿਹਦੇ 'ਤੇ ਤੁਸੀਂ ਮਿਊਜ਼ਿਕ ਨੂੰ ਰਾਈਟ ਕਰੋ, ਤਾਂ ਇਹਦੇ ਵਿੱਚ ਲੌਜਿਕ ਆ, ਦੋ ਚੀਜ਼ਾਂ ਹੋ ਗਈਆਂ ਜੀ। ਅਤੇ ਤੀਜੀ ਚੀਜ਼ ਜਿਹੜੀ ਤੁਹਾਨੂੰ ਚਾਹੀਦੀ ਆ ਉਹ ਹੈਗਾ ਆ ਤੁਹਾਡਾ ਮਿਡੀ, ਜਿਹਨੂੰ ਮੋਸਟਲੀ ਆਪਾਂ ਕੀਬੋਰਡ ਕਹਿ ਦਿੰਦੇ ਹਾਂ, ਇਹ ਕੀਬੋਰਡ ਨਹੀਂ ਹੈਗਾ, ਮਿਡੀ ਆ, ਹੈ ਨਾ। ਸੋ ਤੁਹਾਨੂੰ ਇਹ ਮਿਡੀ ਚਾਹੀਦੀ ਆ, ਹੈ ਨਾ। ਵੀ ਕੋਈ ਵੀ ਇੰਸਟਰੂਮੈਂਟ ਮੰਨ ਲਓ ਵੀ ਤੁਸੀਂ ਇੱਥੇ ਪਿਆਨੋ ਸਿਲੈਕਟ ਕਰ ਲਿਆ, ਹੈ ਨਾ, ਪਿਆਨੋ ਸਿਲੈਕਟ ਕਰਕੇ ਤਾਂ ਜਦੋਂ ਤੁਸੀਂ ਰਿਕਾਰਡ ਕਰਨਾ ਵਜਾਉਣਾ ਤੁਸੀਂ ਇਹਦੇ ਨਾਲ ਆ, ਇੱਥੇ ਵਜਾਓਗੇ ਤਾਂ ਰਿਕਾਰਡ ਉਹ ਉੱਥੇ ਹੋਊਗਾ, ਠੀਕ ਆ। ਉਹ ਤੁਸੀਂ ਗਿਟਾਰ ਦੀ ਆਵਾਜ਼ ਕਰ ਲਓ, ਫਲੂਟ ਦੀ ਆਵਾਜ਼ ਕਰ ਲਓ, ਮਤਲਬ ਤੂੰਬੀ ਨਹੀਂ ਹੁੰਦੀ ਵਿੱਚ ਇਹਦੇ, ਭਈ ਪਿਆਨੋ ਦੀਆਂ ਕਈ ਤਰ੍ਹਾਂ ਦੀਆਂ ਆਵਾਜ਼ਾਂ ਹੈਗੀਆਂ ਨੇ, ਉਹ ਤੁਸੀਂ ਰਿਕਾਰਡ ਕਰਨੀਆਂ ਨੇ, ਉਹ ਸਾਰੀਆਂ ਉੱਥੇ ਰਿਕਾਰਡ ਹੋਈ ਜਾਣਗੀਆਂ, ਪਰ ਵਜਾਉਣੀਆਂ ਤੁਸੀਂ ਸਿੰਪਲੀ ਇਸ ਕੀਬੋਰਡ ਦੇ ਉੱਤੇ ਨੇ, ਠੀਕ ਹੈ ਜੀ। ਅਤੇ ਇਸੇ ਤਰ੍ਹਾਂ ਰਿਦਮ, ਜਦੋਂ ਤੁਸੀਂ ਡਰੰਮ ਬਣਾਉਂਦੇ ਹੋ, ਅੱਛਾ ਤੁਸੀਂ ਡਗ 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 ਰਿਕਾਰਡ ਕਰਨਾ ਆ, ਜਾਂ ਛਨ ਛਨ ਕੰਨ ਕੰਨ, ਜੋ ਵੀ ਤੁਸੀਂ ਸਾਊਂਡਸ ਤੁਹਾਡੇ ਮਾਇੰਡ ਦੇ ਵਿੱਚ ਆ, ਉਹ ਤੁਸੀਂ ਡਰੰਮ ਸੈੱਟ ਵਿੱਚ ਜਾ ਕੇ ਅਤੇ ਜਦੋਂ ਇਹਦੇ ਵਿੱਚ ਰਿਕਾਰਡ ਕਰਨੀ ਆ, ਤਾਂ ਉਹ ਵੀ ਇਹਨਾਂ ਕੀਜ਼ ਦੇ ਉੱਤੋਂ ਹੀ ਵੱਜ ਜਾਂਦੀਆਂ ਨੇ, ਜਿੱਦਾਂ ਇੱਥੋਂ ਡਗ ਡਗ ਵੱਜੂਗੀ, ਇੱਥੇ ਛਨ ਛਨ ਹੋਊਗੀ, ਉਹ ਜਦੋਂ ਤੁਸੀਂ ਓਪਨ ਕਰਦੇ ਹੋ ਤੁਹਾਨੂੰ ਪਤਾ ਲੱਗ ਜਾਂਦਾ, ਹੈ ਨਾ। ਸੋ ਕੰਪਿਊਟਰ, ਸੋਫਟਵੇਅਰ, ਮਿਡੀ, ਅਤੇ ਇਹਨਾਂ ਚੀਜ਼ਾਂ ਨੂੰ ਜਿਹੜੀ ਕਨੈਕਟ ਕਰਦੀ ਆ, ਇੱਕ ਤੁਹਾਨੂੰ ਚਾਹੀਦੀ ਹੈ ਸਪੀਕਰ, ਇਹ ਸਪੀਕਰ ਨੇ, ਇਹਨੂੰ ਆਪਾਂ ਜਿਹੜੀ ਸਟੂਡੀਓ ਸਪੀਕਰ ਨੇ ਇਹਨਾਂ ਨੂੰ ਆਪਾਂ ਬੋਲਦੇ ਹਾਂ ਮੋਨੀਟਰਸ। ਸੋ ਆਪਾਂ ਨੂੰ ਇਹ ਮੋਨੀਟਰਸ ਚਾਹੀਦੇ ਨੇ, ਦੋ ਹੁੰਦੇ ਨੇ, ਇੱਕ ਇੱਧਰ ਅਤੇ ਇੱਕ ਇੱਧਰ। ਸੋ ਹੁਣ ਲਿਸਟ ਵਿੱਚ ਹੋ ਗਈਆਂ ਆਪਣੀਆਂ ਚੀਜ਼ਾਂ, ਆਪਣਾ ਕੰਪਿਊਟਰ, ਸੋਫਟਵੇਅਰ, ਮਿਡੀ ਅਤੇ ਮੋਨੀਟਰਸ। ਇਹਨਾਂ ਦੇ ਨਾਲ ਇੱਕ ਚੀਜ਼ ਤੁਹਾਨੂੰ ਹੋਰ ਚੀਜ਼ ਚਾਹੀਦੀ ਹੈ, ਉਹ ਹੈਗਾ ਆ ਇੰਟਰਫੇਸ, ਇਹਨੂੰ ਆਪਾਂ ਇੰਟਰਫੇਸ ਕਹਿ ਦਿੰਦੇ ਹਾਂ। ਇਹ ਉਹ ਆ ਵੀ ਜਿਹਦੇ ਨਾਲ ਇਹ ਸਪੀਕਰਾਂ ਦੀ ਤਾਰਾਂ ਵੀ ਇਹਦੇ ਨਾਲ ਲੱਗੀਆਂ ਹੋਈਆਂ ਨੇ, ਠੀਕ ਹੈ। ਇਹ ਮੋਨੀਟਰਸ ਆਪਾਂ ਮੋਨੀਟਰਸ ਕਹਿੰਦੇ ਹਾਂ, ਮੋਨੀਟਰਸ ਵੀ ਇਹਦੇ ਨਾਲ ਕਨੈਕਟ ਨੇ, ਠੀਕ ਹੈ ਜੀ। ਅਤੇ ਜਿਹੜਾ ਤੁਹਾਡਾ ਮਾਈਕ ਹੈ, ਰਿਕਾਰਡਿੰਗ ਮਾਈਕ ਹੈ, ਮੈਂ ਇੱਧਰ ਇਹ ਰੂਮ ਜਿਹਾ ਬਣਾਇਆ ਜਿੱਥੇ ਮੇਰਾ ਮਾਈਕ ਹੈ ਨਾ, ਉਹ ਤਾਰ ਆਉਂਦੀ ਹੈ, ਉਹ ਮਾਈਕ ਵੀ ਇਹਦੇ ਨਾਲ ਹੀ ਕਨੈਕਟ ਹੈ, ਠੀਕ ਹੈ ਜੀ। ਅਤੇ ਜਿਹੜੇ ਤੁਸੀਂ ਰਿਕਾਰਡਿੰਗ ਕਰਦੇ ਹੋ, ਹੈੱਡਫੋਨ ਕੰਨਾਂ 'ਚ ਲਾਉਂਦੇ ਹੋ, ਹੈ ਨਾ, ਉਹ ਵੀ ਇਹਦੇ ਨਾਲ ਹੀ ਕਨੈਕਟ ਹੋਣੇ ਨੇ। ਅਤੇ ਜਿਹੜਾ ਤੁਹਾਡਾ ਪੀ ਸੀ ਹੈ, ਉਹ ਵੀ ਇਹਦੇ ਨਾਲ ਕਨੈਕਟ ਹੁੰਦਾ ਆ, ਠੀਕ ਹੈ। ਸੋ ਟੈਕਨੀਕਲੀ ਇਹ ਤੁਹਾਡਾ ਇੱਕ ਜੰਕਸ਼ਨ ਆ, ਬਹੁਤ ਇੰਪੋਰਟੈਂਟ ਚੀਜ਼ ਆ ਇੰਟਰਫੇਸ। ਸੋ ਇੰਟਰਫੇਸ ਲੈਣਾ ਆ, ਇਹਦੇ ਨਾਲ ਤੁਹਾਡੀਆਂ ਸਾਰੀਆਂ ਚੀਜ਼ਾਂ ਨੇ ਜੁੜ ਜਾਣਾ ਆ ਇਹਦੇ ਥਰੂ, ਠੀਕ ਹੈ। ਇਹਦੇ ਥਰੂ ਹੀ ਜਿਹੜਾ ਹੁਣ ਜਿੱਦਾਂ ਮੇਰੀ ਮਿਡੀ ਆ, ਮਿਡੀ ਸਿੱਧੀ ਕੰਪਿਊਟਰ 'ਚ ਵੀ ਲੱਗ ਜਾਂਦੀ ਆ, ਮਿਡੀ ਇਹਦੇ 'ਚ ਵੀ ਲੱਗ ਜਾਂਦੀ ਹੈ, ਹੈ ਨਾ। ਸੋ ਇਸ ਤਰੀਕੇ ਦੇ ਨਾਲ ਤੁਸੀਂ ਆਪਣਾ ਸਟੂਡੀਓ ਸੈਟਅਪ ਕਰ ਸਕਦੇ ਹੋ। ਸੋ ਬੇਸਿਕਲੀ ਜਿਹੜੀਆਂ ਆਪਾਂ ਗੱਲਾਂ ਕੀਤੀਆਂ ਨੇ, ਕੰਪਿਊਟਰ ਨੰਬਰ ਇੱਕ, ਨੰਬਰ ਦੋ ਦੇ ਉੱਤੇ ਉਹਦਾ ਸੋਫਟਵੇਅਰ, ਨੰਬਰ ਤਿੰਨ ਦੇ ਉੱਤੇ ਤੁਹਾਡੀ ਮਿਡੀ, ਨੰਬਰ ਚਾਰ ਦੇ ਉੱਤੇ ਤੁਹਾਡੇ ਸਪੀਕਰ ਮੋਨੀਟਰਸ, ਨੰਬਰ ਪੰਜ ਦੇ ਉੱਤੇ ਤੁਹਾਡਾ ਇੰਟਰਫੇਸ, ਹਾਂਜੀ, ਅਤੇ ਨੰਬਰ ਛੇ ਅਤੇ ਲਾਸਟ ਉਹ ਹੈਗਾ ਤੁਹਾਡਾ ਰਿਕਾਰਡਿੰਗ ਮਾਈਕ, ਜਿਹਨੂੰ ਆਪਾਂ ਕੰਡੈਂਸਰ ਮਾਈਕ ਵੀ ਕਹਿ ਦਿੰਦੇ ਹਾਂ, ਹੈ ਨਾ। ਇਹ ਚੀਜ਼ਾਂ ਬੇਸਿਕਲੀ ਤੁਹਾਨੂੰ ਚਾਹੀਦੀਆਂ ਨੇ, ਅਤੇ ਇਹਨਾਂ ਚੀਜ਼ਾਂ ਦੇ ਨਾਲ ਤੁਹਾਡਾ ਜਿਹੜਾ ਮਿਊਜ਼ਿਕ ਅਰੇਂਜਮੈਂਟ ਆ ਉਹ ਸਟਾਰਟ ਹੋ ਜੂਗਾ। ਵੱਧੋ ਵੱਧ ਪ੍ਰੈਕਟਿਸ ਕਰਨੀ ਹੈ, ਜਿੰਨਾ ਜਿੰਨਾ ਤੁਸੀਂ ਬਣਾਈ ਜਾਓਗੇ ਮਿਊਜ਼ਿਕ ਤਿਉਂ ਤਿਉਂ ਤੁਹਾਨੂੰ ਇਹਦਾ ਤਜਰਬਾ ਜਿਹੜਾ ਆ
ਆਉਂਦਾ ਜਾਏਗਾ। ਮੈਂ ਇਹ ਵੀਡੀਓਜ਼ ਬਣਾਉਣੀਆਂ ਸਿਰਫ ਇਸ ਕਰਕੇ ਸ਼ੁਰੂ ਕੀਤੀਆਂ ਨੇ ਕਿਉਂਕਿ ਹਰੇਕ ਬੰਦੇ ਦੇ ਜਿਹੜੇ ਸਰਕਮ ਸਿੰਟੈਂਸਿਸ ਵੱਖਰੇ ਹੁੰਦੇ, ਹਾਲਾਤ ਵੱਖਰੇ ਹੁੰਦੇ ਆ। ਕਈ ਬੰਦੇ ਪੈਸਾ ਸਪੈਂਡ ਕਰ ਸਕਦੇ, ਕਈ ਬੰਦੇ ਹੁੰਦੇ ਉਹਨਾਂ ਨੂੰ ਹੁੰਦਾ ਯਾਰ ਅਸੀਂ ਕੁਛ ਨਹੀਂ ਕਰਨਾ, ਅਸੀਂ ਪੈਸਾ ਲਾਉਣਾ ਤਾਂ ਅੱਗੇ ਨਿਕਲ ਜਾਣਾ ਆ। ਕਈਆਂ ਬੰਦਿਆਂ ਕੋਲ ਜਿਹੜਾ ਬਜਟ ਹੈ ਉਹਦੀ ਕਮੀ ਹੁੰਦੀ ਹੈ ਨਾ, ਤਾਂ ਤੁਸੀਂ ਇਹ ਕੰਮ ਆਪ ਕਰ ਸਕਦੇ ਹੋ, ਕ੍ਰੀਏਟਿਵ ਬਣੀਏ ਆਪਾਂ, ਹੈ ਨਾ, ਖੁਦ ਕੰਮ ਕਰਨੇ ਜਾਣੀਏ। ਜਾਂ ਇੱਕ ਆਪਸ਼ਨ ਹੋਰ ਵੀ ਹੁੰਦੀ ਹੈ, ਯਾਰ ਮੈਂ ਟਰੱਕ ਚਲਾ ਰਿਹਾ ਅੱਜ ਦੇ ਦਿਨਾਂ 'ਚ, ਜਾਂ ਮੈਂ ਫਲਾਣੀ ਜਗ੍ਹਾ ਜੋਬ ਕਰ ਰਿਹਾ, ਕਿਉਂ ਨਾ ਹੋਵੇ ਕਿ ਮੈਂ ਉਹ ਜੋਬ ਨੂੰ ਇਸ ਕੰਮ ਨਾਲ ਰਿਪਲੇਸ ਕਰ ਲਵਾਂ, ਕਿ ਮੈਂ ਮਿਊਜ਼ਿਕ ਬਣਾਵਾਂ, ਮੈਂ ਵੀ ਚਾਰ ਪੈਸੇ ਕਮਾਵਾਂ, ਇੰਸਟੈਂਟ ਕਿ ਮੈਂ ਟਰੱਕ ਚਲਾਵਾਂ ਜਾਂ ਮੈਂ ਕੋਈ ਹੋਰ ਕੰਮ ਕਰਨ ਜਾਵਾਂ ਬਾਹਰ, ਤਾਂ ਉਹਦੀ ਜਗ੍ਹਾ ਦੇ ਉੱਤੇ ਮੈਂ ਕਿਉਂ ਨਾ ਮਿਊਜ਼ਿਕ ਪ੍ਰੋਡਕਸ਼ਨ ਦਾ ਕੰਮ ਕਰ ਲਵਾਂ, ਅਤੇ ਨਾਲੇ ਮੈਂ ਗਾਉਂਦਾ ਵੀ ਹਾਂ ਤਾਂ ਨਾਲੇ ਮੇਰਾ ਮਿਊਜ਼ਿਕ ਪ੍ਰੋਡਕਸ਼ਨ ਦਾ ਕੰਮ ਵੀ ਹੋਜੂਗਾ, ਹਰ ਸਮੇਂ ਮੇਰਾ ਦਿਮਾਗ ਮਿਊਜ਼ਿਕ ਦੇ ਵਿੱਚ ਰਹੂਗਾ, ਅਤੇ ਨਾਲੇ ਮੈਂ ਉਹ ਕੰਮ ਕਰ ਸਕਾਂ, ਉੱਥੋਂ ਕਮਾਈ ਕਰਾਂ ਜਿੱਥੋਂ ਜਿਹੜੇ ਕੰਮ ਨੂੰ ਕਰਨ ਦਾ ਮੈਨੂੰ ਖੁਦ ਨੂੰ ਸ਼ੌਂਕ ਬਹੁਤ ਆ, ਹੈ ਨਾ। ਸੋ ਅਲੱਗ ਅਲੱਗ ਕਾਰਨ ਹੋ ਸਕਦੇ ਹਰੇਕ ਬੰਦੇ ਦੇ, ਅਤੇ ਜੇ ਤੁਹਾਡੀ ਇੱਛਾ ਹੈਗੀ ਆ ਵੀ ਹਾਂਜੀ ਨਹੀਂ ਅਸੀਂ ਸਟੂਡੀਓ ਸੈਟਅਪ ਕਰਨਾ ਆ, ਤਾਂ ਬਣੇ ਰਹੋ ਆਪਣੇ ਇਸ ਚੈਨਲ ਦੇ ਉੱਤੇ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ, ਕਿਉਂਕਿ ਮੈਂ ਹੁਣ ਸਟੱਡੀ ਸ਼ੁਰੂ ਕਰ ਲੈਣੀ ਹੈ ਜਨਵਰੀ ਦੇ ਵਿੱਚ, ਅਤੇ ਜਨਵਰੀ ਦੇ ਵਿੱਚ ਮੈਂ ਕਿੱਦਾਂ ਸਟੈਪ ਬਾਏ ਸਟੈਪ ਕਿਹੜੀਆਂ ਚੀਜ਼ਾਂ ਉੱਥੋਂ ਸਿੱਖਦਾ ਹਾਂ, ਕੋਸ਼ਿਸ਼ ਕਰੂੰਗਾ ਕਿ ਮੈਂ ਵੀਡੀਓਜ਼ ਬਣਾ ਬਣਾ ਕੇ ਨਾਲ ਦੀ ਨਾਲ ਜਿੰਨੇ ਵੀ ਮੇਰੇ ਬਿਗਨਰ ਭਰਾ ਨੇ ਉਹਨਾਂ ਨੂੰ ਮੈਂ ਇਨਫੋਰਮੇਸ਼ਨ ਦੇ ਸਕਾਂ ਜਿੰਨਾ ਕੁ ਮੇਰਾ ਦਿਮਾਗ ਕੰਮ ਕਰਦਾ, ਹੈ ਨਾ। ਅਤੇ ਜਿਹੜੇ ਐਡਵਾਂਸ ਵਾਲੇ ਨੇ, ਬਹੁਤ ਵੀਡੀਓ ਇਸ ਵੀਡੀਓ ਨੂੰ ਉਹ ਵੀ ਦੇਖਣਗੇ ਜਿਹੜੇ ਆਲਰੇਡੀ ਮਿਊਜ਼ਿਕ ਬਣਾਉਂਦੇ, ਤਾਂ ਬੜੇ ਚੰਗੇ ਆ। ਜੇ ਤੁਹਾਡਾ ਐਕਸਪੀਰੀਅੰਸ ਜ਼ਿਆਦਾ ਬਰੋ, ਤੁਹਾਡੇ ਵਾਸਤੇ ਵੀਡੀਓ ਕਿਸੇ ਕੰਮ ਦੀ ਹੈ ਨਹੀਂ ਗੀ, ਤੁਸੀਂ ਹੋਰ ਐਕਸਪੀਰੀਅੰਸਡ ਦੀ ਜਾਂ ਜਿਹੜੇ ਬਹੁਤ ਸਾਰਾ ਕੰਮ ਕਰ ਚੁੱਕੇ ਆ ਤੁਸੀਂ ਉਹਨਾਂ ਦੀ ਵੀਡੀਓ ਦੇਖ ਸਕਦੇ ਹੋ, ਹੈ ਨਾ। ਤਾਂ ਮੇਰੀ ਵੀਡੀਓ ਬਣਾਉਣ ਦਾ ਸਰ ਮਕਸਦ ਇਹੀ ਆ ਕਿ ਜਿਹੜੇ ਬਿਲਕੁਲ ਬਿਗਨਰ ਨੇ, ਜਿਹਨਾਂ ਨੂੰ ਕੁਛ ਨਹੀਂ ਪਤਾ, ਮੈਂ ਉਹਨਾਂ ਨਾਲ ਗੱਲ ਕਰੂੰਗਾ ਜਿਹੜਾ ਇਕੱਲਾ ਵੋਕਲ ਕਿਵੇਂ ਰਿਕਾਰਡ ਕਰਨਾ, ਹੈ ਨਾ, ਇਹ ਚੈਨਲ ਹੀ ਉੱਤੇ ਕਿਵੇਂ ਲੈ ਕੇ ਆਉਣੇ ਆ, ਹੈ ਨਾ। ਜਿਹੜੀਆਂ ਚੀਜ਼ਾਂ ਮੈਨੂੰ ਵੀ ਹਜ਼ਾਰ ਵੀਡੀਓ ਦੇਖਣ ਦੇ ਬਾਵਜੂਦ ਵੀ ਮੈਂ ਉਹ ਫੇਸ ਕੀਤੀਆਂ, ਮੈਨੂੰ ਫਿਰ ਵੀ ਨਹੀਂ ਸੀ ਪਤਾ ਲੱਗਦਾ ਇਹ ਚੀਜ਼ ਕਿਵੇਂ ਹੁੰਦੀ ਹੈ, ਆਪਾਂ ਉਹਨਾਂ ਚੀਜ਼ਾਂ ਦਾ ਡਿਸਕਸ ਇੱਥੇ ਕਰਾਂਗੇ। ਬਹੁਤ ਬਹੁਤ ਸ਼ੁਕਰੀਆ, ਜਿਉਂਦੇ ਵਾਸਤੇ ਰਹੋ।